ਸਾਡੇ ਕੈਪਟਨ ਸਾਹਿਬ ਨੇ, ਸਰਪੰਚ ਕਹਿੰਦੇ ਆ ਜਿਹਨਾਂ ਨੂੰ ਪਿਆਰ ਨਾਲ, ਅਤੇ ਇਹ ਆਪ ਅੱਗੇ ਲੱਗਦੇ ਆ। ਜੇ ਪੈਨਲਟੀ ਸਟ੍ਰੋਕ ਮਿਲ ਜੇ, ਆਮ ਤੌਰ 'ਤੇ ਕਿਸੇ ਹੋਰ ਨੂੰ ਸਟ੍ਰੋਕ ਦਿੱਤਾ ਜਾਂਦਾ ਹੈ ਕਿ ਇੱਦੇ ਕਰੂਸ਼ਲ ਮੈਚ ਜੇ ਮਿਸ ਹੋ ਗਿਆ ਤਾਂ ਮੈਨੂੰ ਗਾਲਾਂ ਪੈਣਗੀਆਂ ਯਾਰ। ਬਹੁਤ ਸਾਰੀਆਂ ਰੋਨਾਲਡੋ ਦੀਆਂ, ਕ੍ਰਿਸਟੀਨੋ ਰੋਨਾਲਡੋ ਦੀਆਂ ਬਹੁਤ ਸਾਰੀਆਂ ਪੈਨਲਟੀ ਕਰੂਸ਼ਲ ਮੈਚਾਂ 'ਚ ਮਿਸ ਹੋਈਆਂ ਨੇ। ਫਿਰ ਉਹ ਪਲੇਅਰ ਦਾ ਉਹ ਰਹਿੰਦਾ ਯਾਰ ਮੈਂ ਰਿਸਕ ਲਵਾਂ ਕਿਸੇ ਹੋਰ ਨੂੰ ਕਰਦੇ ਨੇ, ਪਰ ਪੈਨਲਟੀ ਸਟ੍ਰੋਕ ਮਿਲਦਾ ਤਾਂ ਕੈਪਟਨ ਸਾਹਿਬ ਖੁਦ ਸਟ੍ਰੋਕ ਲੈਂਦੇ ਆ। ਜੇ ਪੈਨਲਟੀ ਸ਼ੂਟ ਆਊਟ 'ਚ ਜਾਂਦਾ ਤਾਂ ਪਹਿਲਾ ਜਿਹੜਾ ਪੈਨਲਟੀ ਹੈ ਦੇਸ਼ ਵੱਲੋਂ ਉਹ ਪਹਿਲੀ ਇਹ ਲੈਂਦੇ ਆ। ਸੋ ਇਹ ਹੁੰਦਾ ਕਿ ਮੂਹਰੇ ਲੱਗ ਕੇ ਟੀਮ ਨੂੰ ਕਹਿਣਾ ਆਓ ਆਪਾਂ ਜਿੱਤਣਾ ਜਿੱਤਣਾ। ਸੋ ਇਹ ਜੇ ਲੀਡਿੰਗ ਜਿਹੜੀ ਕੁਆਲਿਟੀ ਹੈ ਇਹ ਬਹੁਤ ਕਮਾਲ ਦੀ ਹੈ। ਔਰ ਦੋ ਤਿੰਨ ਇਸ ਤਰ੍ਹਾਂ ਹੋ ਗਿਆ, ਕੁਦਰਤੀ ਹੋ ਜਾਂਦਾ ਉਹ ਤਾਂ, ਕੋਈ ਉਹਦੇ 'ਚ ਕੋਈ ਕਿਸੇ ਦਾ ਕਸੂਰ ਨਹੀਂ ਹੁੰਦਾ। ਜਦੋਂ ਮੈਂ ਕਪਤਾਨ ਸਾਹਿਬ ਨਾਲ ਗੱਲ ਕੀਤੀ ਸੀ ਉੱਥੇ ਪੈਰਿਸ 'ਚ, ਉਦੋਂ ਵੀ ਮੈਂ ਇਹੀ ਕਿਹਾ ਸੀਗਾ, ਕਈ ਵਾਰੀ ਪੈਨਲਟੀ ਮਿਲ ਗਈ ਤਾਂ ਉਸ ਟਾਈਮ 'ਤੇ ਹਰਮਨਪ੍ਰੀਤ ਬਾਹਰ ਬੈਠੇ ਹੁੰਦੇ ਸੀ। ਸੋ ਰੂਲ ਹੈ ਹੁਣ ਇਹ, ਪਹਿਲਾਂ ਤਾਂ ਪਹਿਲਾਂ ਰੂਲ ਨਹੀਂ ਹੁੰਦਾ ਸੀ, ਪਹਿਲਾਂ ਤਾਂ ਈਅਨ ਬੋਵਲੈਂਡਰ ਹੁੰਦਾ ਸੀ ਹਾਲੈਂਡ ਦਾ, ਇਕੱਲਾ ਪੈਨਲਟੀ ਕੋਰਨਰ ਨਹੀਂ ਲਾਉਂਦਾ ਸੀ। ਜਦੋਂ ਪੈਨਲਟੀ ਕੋਰਨਰ ਮਿਲ ਜਾਂਦਾ ਉਹ ਟੀਮ ਗਰਾਊਂਡ 'ਚ ਆ ਜਾਂਦਾ, ਪੈਨਲਟੀ ਕੋਰਨਰ ਲਾ ਕੇ ਗੋਲ ਕਰਕੇ ਵਾਪਸ ਚਲੇ ਜਾਂਦਾ। ਮਤਲਬ ਉਹ ਬਾਹਰ ਬੈਠੇ ਚਾਰ ਚਾਰ ਗੋਲ ਕਰ ਜਾਂਦਾ ਸੀ, ਖੇਡਦਾ ਤਾਂ ਹੈ ਨਹੀਂ ਸੀ ਉਹ। ਸੋ ਫਿਰ ਰੂਲ ਚੇਂਜ ਹੋਇਆ ਕਿ ਜਿਹੜੇ ਪਲੇਅਰ ਮੌਜੂਦ ਨੇ 11 ਉਹਨਾਂ 'ਚੋਂ ਪੈਨਲਟੀ ਲੱਗੂਗੀ। ਤਾਂ ਦੋ ਤਿੰਨ ਵਾਰ ਇੱਦਾਂ ਹੋ ਗਿਆ ਕਿ ਹਰਮਨ ਉਸ ਵੇਲੇ ਕੁਦਰਤੀ ਬਾਹਰ ਰੋਟੇਸ਼ਨ 'ਚ ਗਿਆ ਹੋਇਆ ਸੀਗਾ, ਅਤੇ ਉਹ ਸਾਡੇ ਸ਼ਾਇਦ ਹੋਰ ਗੋਲ ਹੋ ਜਾਂਦੇ, ਪਰ 10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ ਓਲੰਪਿਕ ਦੇ ਵਿੱਚ। ਅਤੇ ਸਾਡੇ ਕੈਪਟਨ ਸਾਹਿਬ ਨੇ, ਸਰਪੰਚ ਕਹਿੰਦੇ ਆ ਜਿਹਨਾਂ ਨੂੰ ਪਿਆਰ ਨਾਲ, ਅਤੇ ਇਹ ਆਪ ਅੱਗੇ ਲੱਗਦੇ ਆ। ਜੇ ਪੈਨਲਟੀ ਸਟ੍ਰੋਕ ਮਿਲ ਜੇ, ਆਮ ਤੌਰ 'ਤੇ ਕਿਸੇ ਹੋਰ ਨੂੰ ਸਟ੍ਰੋਕ ਦਿੱਤਾ ਜਾਂਦਾ ਹੈ ਕਿ ਇੱਦੇ ਕਰੂਸ਼ਲ ਮੈਚ ਜੇ ਮਿਸ ਹੋ ਗਿਆ ਤਾਂ ਮੈਨੂੰ ਗਾਲਾਂ ਪੈਣਗੀਆਂ ਯਾਰ। ਬਹੁਤ ਸਾਰੀਆਂ ਰੋਨਾਲਡੋ ਦੀਆਂ, ਕ੍ਰਿਸਟੀਨੋ ਰੋਨਾਲਡੋ ਦੀਆਂ ਬਹੁਤ ਸਾਰੀਆਂ ਪੈਨਲਟੀ ਕਰੂਸ਼ਲ ਮੈਚਾਂ 'ਚ ਮਿਸ ਹੋਈਆਂ ਨੇ। ਫਿਰ ਉਹ ਪਲੇਅਰ ਦਾ ਉਹ ਰਹਿੰਦਾ ਯਾਰ ਮੈਂ ਰਿਸਕ ਲਵਾਂ ਕਿਸੇ ਹੋਰ ਨੂੰ ਕਰਦੇ ਨੇ, ਪਰ ਪੈਨਲਟੀ ਸਟ੍ਰੋਕ ਮਿਲਦਾ ਤਾਂ ਕੈਪਟਨ ਸਾਹਿਬ ਖੁਦ ਸਟ੍ਰੋਕ ਲੈਂਦੇ ਆ। ਜੇ ਪੈਨਲਟੀ ਸ਼ੂਟ ਆਊਟ 'ਚ ਜਾਂਦਾ ਤਾਂ ਪਹਿਲਾ ਜਿਹੜਾ ਪੈਨਲਟੀ ਹੈ ਦੇਸ਼ ਵੱਲੋਂ ਉਹ ਪਹਿਲੀ ਇਹ ਲੈਂਦੇ ਆ। ਸੋ ਇਹ ਹੁੰਦਾ ਕਿ ਮੂਹਰੇ ਲੱਗ ਕੇ ਟੀਮ ਨੂੰ ਕਹਿਣਾ ਆਓ ਆਪਾਂ ਜਿੱਤਣਾ ਜਿੱਤਣਾ। ਸੋ ਇਹ ਜੇ ਲੀਡਿੰਗ ਜਿਹੜੀ ਕੁਆਲਿਟੀ ਹੈ ਇਹ ਬਹੁਤ ਕਮਾਲ ਦੀ ਹੈ। ਔਰ ਦੋ ਤਿੰਨ ਇਸ ਤਰ੍ਹਾਂ ਹੋ ਗਿਆ, ਕੁਦਰਤੀ ਹੋ ਜਾਂਦਾ ਉਹ ਤਾਂ, ਕੋਈ ਉਹਦੇ 'ਚ ਕੋਈ ਕਿਸੇ ਦਾ ਕਸੂਰ ਨਹੀਂ ਹੁੰਦਾ। ਜਦੋਂ ਮੈਂ ਕਪਤਾਨ ਸਾਹਿਬ ਨਾਲ ਗੱਲ ਕੀਤੀ ਸੀ ਉੱਥੇ ਪੈਰਿਸ 'ਚ, ਉਦੋਂ ਵੀ ਮੈਂ ਇਹੀ ਕਿਹਾ ਸੀਗਾ, ਕਈ ਵਾਰੀ ਪੈਨਲਟੀ ਮਿਲ ਗਈ ਤਾਂ ਉਸ ਟਾਈਮ 'ਤੇ ਹਰਮਨਪ੍ਰੀਤ ਬਾਹਰ ਬੈਠੇ ਹੁੰਦੇ ਸੀ। ਸੋ ਰੂਲ ਹੈ ਹੁਣ ਇਹ, ਪਹਿਲਾਂ ਤਾਂ ਪਹਿਲਾਂ ਰੂਲ ਨਹੀਂ ਹੁੰਦਾ ਸੀ, ਪਹਿਲਾਂ ਤਾਂ ਈਅਨ ਬੋਵਲੈਂਡਰ ਹੁੰਦਾ ਸੀ ਹਾਲੈਂਡ ਦਾ, ਇਕੱਲਾ ਪੈਨਲਟੀ ਕੋਰਨਰ ਨਹੀਂ ਲਾਉਂਦਾ ਸੀ। ਜਦੋਂ ਪੈਨਲਟੀ ਕੋਰਨਰ ਮਿਲ ਜਾਂਦਾ ਉਹ ਟੀਮ ਗਰਾਊਂਡ 'ਚ ਆ ਜਾਂਦਾ, ਪੈਨਲਟੀ ਕੋਰਨਰ ਲਾ ਕੇ ਗੋਲ ਕਰਕੇ ਵਾਪਸ ਚਲੇ ਜਾਂਦਾ। ਮਤਲਬ ਉਹ ਬਾਹਰ ਬੈਠੇ ਚਾਰ ਚਾਰ ਗੋਲ ਕਰ ਜਾਂਦਾ ਸੀ, ਖੇਡਦਾ ਤਾਂ ਹੈ ਨਹੀਂ ਸੀ ਉਹ। ਸੋ ਫਿਰ ਰੂਲ ਚੇਂਜ ਹੋਇਆ ਕਿ ਜਿਹੜੇ ਪਲੇਅਰ ਮੌਜੂਦ ਨੇ 11 ਉਹਨਾਂ 'ਚੋਂ ਪੈਨਲਟੀ ਲੱਗੂਗੀ। ਤਾਂ ਦੋ ਤਿੰਨ ਵਾਰ ਇੱਦਾਂ ਹੋ ਗਿਆ ਕਿ ਹਰਮਨ ਉਸ ਵੇਲੇ ਕੁਦਰਤੀ ਬਾਹਰ ਰੋਟੇਸ਼ਨ 'ਚ ਗਿਆ ਹੋਇਆ ਸੀਗਾ, ਅਤੇ ਉਹ ਸਾਡੇ ਸ਼ਾਇਦ ਹੋਰ ਗੋਲ ਹੋ ਜਾਂਦੇ, ਪਰ 10 ਗੋਲ ਇਕੱਲੇ ਹਰਮਨਪ੍ਰੀਤ ਦੇ ਨੇ ਓਲੰਪਿਕ ਦੇ ਵਿੱਚ।